ਲਓ ਜੀ ਮਿੱਤਰੋ, ਆਪਣੀ ਨਾ ਇਸ ਗੁਰੂ ਘਰ ਦੇ ਵਿੱਚੋਂ ਸੁੱਖਣਾ ਪੂਰੀ ਹੋਈ ਸੀ ਤਾਂ ਤਲਵੰਡੀ ਸਾਬੋ ਹੈ ਗੁਰਦੁਆਰੇ ਦਾ ਨਾਮ ਹੈ ਤਲਵੰਡੀ ਸਾਬੋ। ਜਦੋਂ ਵੀ ਤੁਸੀਂ ਗੁਰਦੁਆਰੇ ਦੇ ਵਿੱਚ ਜਾਓ, ਜੇਕਰ ਬੱਚੇ ਦੀ ਪ੍ਰਾਪਤੀ ਹੈ, ਵੈਸੇ ਤਾਂ ਬਈ ਮਹਾਰਾਜ ਹਰੇਕ ਥਾਈ ਹੈ, ਪਰ ਇਹ ਨਾ ਇੱਕ ਗੁਰਦੁਆਰਾ ਹੈ ਜੰਡ ਸਾਹਿਬ। ਇਹ ਜੰਡ ਸਾਹਿਬ ਗੁਰਦੁਆਰੇ ਦੇ ਵਿੱਚ ਆਪਾਂ ਤੁਹਾਨੂੰ ਬਈ ਜੀ ਇਹਦਾ ਇਤਿਹਾਸ ਵੀ ਸਾਰਾ ਦੱਸ ਦਿਆਂਗੇ। ਅਸੀਂ ਜਦੋਂ ਗਏ ਬਈ ਪਹਿਲੀ ਵਾਰ, ਫਸਟ ਵਾਰੀ ਜਦੋਂ ਅਸੀਂ ਸੁੱਖ ਸੁੱਖੀ ਇੱਥੇ ਇੱਕ ਆਪਾਂ ਕਹਿ ਦਿੰਦੇ ਨਾ ਬੱਚੇ ਦੇ ਪਾਉਂਦੇ ਨੇ ਆਪਾਂ ਤੜਾਗੀ, ਤੜਾਗੀ ਨਾ ਇੱਥੇ ਬਈ ਜਿਹਦੇ ਬੱਚਾ ਹੋ ਜਾਂਦਾ ਸੁੱਖ ਪੂਰੀ ਹੋ ਜਾਂਦੀ ਹੈ, ਉਹ ਇੱਥੇ ਵੀ ਤੜਾਗੀ ਬੰਨ ਜਾਂਦਾ। ਉਹ ਤੜਾਗੀ ਜਦੋਂ ਮਿੱਤਰੋ ਬੰਨ ਜਾਂਦਾ ਤਾਂ ਬਈ ਜਿਹਦੇ ਬੱਚੇ ਦੀ ਪ੍ਰਾਪਤੀ ਮੰਗਦਾ ਹੈ ਨਾ, ਸੁੱਖ ਮੰਗਦਾ ਵੀ ਮੇਰੇ ਧੀ ਹੋਵੇ, ਪੁੱਤ ਹੋਵੇ, ਪਰਮਾਤਮਾ ਦੇ ਹੱਥ ਮਿੱਤਰੋ ਉਹ ਗੱਲ ਤਾਂ, ਪਰ ਜਦੋਂ ਉਹ ਸੁੱਖ ਮੰਗਦਾ ਮਿੱਤਰੋ ਤਾਂ ਇੱਥੋਂ ਨਾ ਉਹ ਤੜਾਗੀ ਖੋਲ੍ਹ ਕੇ ਲੈ ਜਾਂਦਾ। ਤਾਂ ਮਿੱਤਰੋ ਆਪਾਂ ਇੱਥੋਂ ਤੜਾਗੀ ਖੋਲ੍ਹ ਕੇ ਲੈ ਕੇ ਗਏ ਸੀ ਵੀ ਉਹ ਤੜਾਗੀ ਆਪਾਂ ਵੀ ਬੱਚੇ ਦੇ ਬੰਨਾਂਗੇ ਲੱਕਣਾ। ਤਾਂ ਹੁੰਦੇ ਕੀ ਹੈ ਮਿੱਤਰੋ, ਹੁਣ ਆਪਾਂ ਸੁੱਖ ਜਿਵੇਂ ਸੁੱਖੀ ਸੀ, ਆਪਾਂ ਇੱਥੇ ਦੋ ਤੜਾਗੀਆਂ ਚੜ੍ਹਾ ਕੇ ਜਾਂਦੇ ਅੱਜ। ਤਾਂ ਮਿੱਤਰੋ ਤੁਸੀਂ ਦੇਖਿਓ ਬਈ ਇੱਥੇ ਜੋ ਵੀ ਸੰਗਤ ਫਿਰਦੀ ਹੈ ਨਾ, ਤਾਂ ਆਪਾਂ ਇੱਥੇ ਬਈ ਤੜਾਗੀ ਜਿਵੇਂ ਲੈ ਕੇ ਗਏ ਸੀ ਖੋਲ੍ਹ ਕੇ, ਉਵੇਂ ਆਪਾਂ ਜੋ ਸੁੱਖਣਾ ਦਿੱਤੀ ਅਤੇ ਉਸ ਤਰ੍ਹਾਂ ਆਪਾਂ ਤੜਾਗੀ ਬਈ ਇੱਥੇ ਚੜ੍ਹਾ ਗਏ। ਤਾਂ ਜਦੋਂ ਆਪਾਂ ਆਏ ਉਦੋਂ ਵੀ ਅਰਦਾਸ ਕਰਵਾਈ ਸੀ, ਅਤੇ ਜਦੋਂ ਬਈ ਹੁਣ ਆਪਾਂ ਆਪਣੀ ਸੁੱਖ ਪੂਰੀ ਹੋ ਗਈ ਉਦੋਂ ਵੀ ਫਿਰ ਆਪਾਂ ਅਰਦਾਸ ਕਰਵਾਈ। ਤਾਂ ਆਪਾਂ ਵਾਹਿਗੁਰੂ ਦਾ ਵੀ ਸ਼ੁਕਰਾਨਾ ਕਰਿਆ, ਤੜਾਗੀ ਦੂਜੀ ਚੜ੍ਹਾ ਤੜਾਗੀ ਵੀ ਆਪਾਂ ਬਈ ਇਹਦੇ ਉੱਤੇ ਬੰਨ ਦਿੱਤੀ। ਇਹ ਰਿਸਕ ਪਾ ਗੰਢ ਦੇ ਵਿੱਚ ਵੀ ਹੋਰ ਵੀ ਵੀਰ ਭਰਾ ਇਸ ਤੜਾਗੀ ਨੂੰ ਲੈ ਜਾਵੇ ਜਿਵੇਂ ਆਪਾਂ ਲੈ ਕੇ ਗਏ ਸੀ ਬਈ, ਅਤੇ ਉਵੇਂ ਹੋਰ ਲੈ ਜੇ। ਤਾਂ ਜਦੋਂ ਅਸੀਂ ਆਏ ਸੀ ਉਦੋਂ ਮਿੱਤਰੋ ਇੱਥੇ ਬਹੁਤ ਘੱਟ ਤੜਾਗੀਆਂ ਸੀ, ਅਸੀਂ ਵਿਰਲੇ ਮਸਾਂ ਲੱਭੀਆਂ ਸੀ, ਇੱਕੋ ਹੀ ਲੱਭੀ ਸੀ, ਪਤਾ ਨਹੀਂ ਇੱਕ ਹੋਰ ਹੋ ਸਕਦੀ ਪਰ ਸਾਨੂੰ ਇੱਕ ਲੱਭੀ ਸੀ। ਤਾਂ ਜਿਵੇਂ ਆਹ ਮਾਨਤਾ ਸੀ ਬਈ ਖੇਸ ਦੀ, ਤਾਂ ਮਾਤਾ ਨੇ ਉਵੇਂ ਖੇਸ ਦੀ ਮਾਨਤਾ ਵਗੈਰਾ ਦਿੱਤੀ। ਤਾਂ ਧੰਨਵਾਦ ਹੈ ਵਾਹਿਗੁਰੂ ਦਾ ਜਿਨ੍ਹਾਂ ਨੇ ਬਈ ਇੰਨੀ ਕਿਰਪਾ ਕੀਤੀ, ਅਤੇ ਅਸੀਂ ਸੋਚਿਆ ਬਈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ ਮਿੱਤਰੋ। ਤਾਂ ਜਿਹੜੇ ਉਹਨ ਪਿੱਛੇ ਪਰਿਵਾਰ ਫਿਰਦਾ ਜੀ, ਉਸ ਪਰਿਵਾਰ ਨੇ ਜਿਹੜੀਆਂ ਆਪਾਂ ਤੜਾਗੀਆਂ ਚੜ੍ਹਾਈਆਂ ਸੀ, ਤਾਂ ਬਈ ਉਹ ਤੜਾਗੀਆਂ ਉਹ ਪਰਿਵਾਰ ਨੇ ਬਈ ਖੋਲ੍ਹ ਲਈਆਂ ਸੀ। ਤਾਂ ਉਹਨਾਂ ਨੇ ਬਈ ਸੁੱਖ ਸੁੱਖੀ ਹੈ, ਪਰਮਾਤਮਾ ਉਹਨਾਂ ਦੀ ਸੁੱਖ ਨੂੰ ਰੰਗ ਲਾਵੇ ਅਤੇ ਸੁੱਖ ਉਹਨਾਂ ਦੀ ਪੂਰੀ ਹੋਵੇ ਜੀ। ਤਾਂ ਮਿੱਤਰੋ ਆਪਾਂ ਤੁਹਾਡੇ ਨਾਲ ਇਹ ਵੀਡੀਓ ਤਾਂ ਸਾਂਝੀ ਕੀਤੀ, ਵੈਸੇ ਆਪਾਂ ਜਿੱਥੇ ਆਪਾਂ ਪਰਸਨਲ ਜਾਂਦੇ ਹਾਂ ਉਹਦੀ ਵੀਡੀਓ ਆਪਾਂ ਸਾਂਝੀ ਕਰਕੇ ਖੁਸ਼ ਨਹੀਂ ਹੁੰਦੇ ਵੀ ਆਪਾਂ ਅੱਜ ਤਾਈਂ ਕੀਤੀ ਵੀ ਨਹੀਂ, ਜਿੱਥੇ ਪਰਸਨਲ ਰਿਸ਼ਤੇਦਾਰੀ ਜਾਣਾ ਉਹ ਜਾਣਾ ਆਪਣਾ ਬਲੌਗ ਵਾਲਾ ਕੰਮ ਨਹੀਂ। ਪਰ ਮਿੱਤਰੋ ਇਹ ਵੀਡੀਓ ਤੁਹਾਡੇ ਨਾਲ ਤਾਂ ਸਪੈਸ਼ਲ ਸਾਂਝੀ ਕੀਤੀ ਮਿੱਤਰੋ ਵੀ ਬਈ ਜੀ ਇੱਥੇ ਸੁੱਖਾਂ ਜਿਹੜੀਆਂ ਪੂਰੀਆਂ ਹੁੰਦੀਆਂ, ਅਤੇ ਤੁਸੀਂ ਆਪਦੇ ਧੀ ਪੁੱਤ ਦੀ ਸੁੱਖ ਇੱਥੋਂ ਸੁੱਖਿਓ ਸ਼ਰਧਾ ਨਾਲ। ਤੁਹਾਡੇ ਨਾਲ ਇਹ ਬੇਨਤੀ ਹੈ ਜੀ, ਵੀਡੀਓ ਨੂੰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਪੇਜਾਂ 'ਤੇ ਤਾਂ ਕਿ ਹਰੇਕ ਤੱਕ ਇਹ ਵੀਡੀਓ ਪਹੁੰਚੇ।